ਕਿੱਦਾਂ ਸਾਰੇ, ਮੇਰਾ ਨਾਮ ਅਰਸ਼ਵੀਰ ਆ ਤੇ ਅੱਜ ਮੈਂ ਅਸੀਂ ਇੰਨੀ ਜਲਦੀ ਇਸ ਲਈ ਬੋਲ ਰਹੇ ਕਿਉਂਕਿ ਨਾ ਅਸੀਂ ਗੇਮਿੰਗ ਤੈਨੂੰ ਸੈਟਅਪ ਦਿਖਾਉਣ ਜਾ ਰਹੇ ਹਾਂ 2 ਮਿੰਟਾਂ ਦੇ ਵਿੱਚ। ਜਲਦੀ ਜਲਦੀ ਲਈ ਸ਼ੁਰੂ ਕਰਦੇ ਹਾਂ। ਇਹ ਹੈਗਾ ਸਾਡਾ ਪਲੇਸ਼ਨ, ਖੋਲ੍ਹ ਕੇ ਵੀ ਦਿਖਾ ਸਕਦੇ ਹਾਂ ਤੁਹਾਨੂੰ, ਖੋਲ੍ਹ ਕੇ ਥੋੜ੍ਹਾ ਜਿਹਾ ਪ੍ਰੋਬਲਮ ਹੋ ਜੂਗੀ। ਆਹ ਤੁਸੀਂ ਇਸ ਸਕਦੇ ਸਾਡੀ ਚਾਰਜਿੰਗ ਕੇਬਲ, ਆਹ ਦੇਖ ਸਕਦੇ ਤੁਸੀਂ, ਆ ਹੈਗਾ ਆ ਹੈਡਫੋਨਸ ਨਾਲ ਅਟੈਚ ਹੁੰਦਾ ਹੈ, ਬਲੂਟੂਥ ਨਾਲ ਫੋਰ ਹੈਡਫੋਨ ਚਲਾ ਸਕਦੇ ਹਾਂ। ਇਹ ਤੁਸੀਂ ਦੇਖ ਸਕਦੇ ਹੈਡਫੋਨ ਜੈਕ ਆ, ਇਹਦੇ ਉੱਪਰ ਚਾਰਜਿੰਗ ਕੇਬਲ ਆ, ਚਾਰਜਿੰਗ ਪੋਰਟ ਆ, L2 L1 ਸਾਰਾ ਕੁਛ ਹੈਗਾ ਸਾਡੇ ਕੋਲ। ਤੁਸੀਂ ਗੇਮ ਦੇਖ ਸਕਦੇ ਹਾਂ, ਸਾਡੇ ਕੋਲ ਇੱਕ ਗੇਮ ਹੈਗੀ ਹੈ ਬਾਹਰ ਪਈ ਹੋਈ PS4 ਦੀ, ਅਸੈਸਿੰਗ ਕ੍ਰੀਡ ਓਡਿਸੀ, ਹੋਰ ਵੀ ਸਾਡੇ ਖੇਡਦਾ, ਹੋਰ ਵੀ ਬਹੁਤ ਸਾਰੇ ਗੇਮਸ ਆ। ਅੱਗੇ ਚੀਜ਼ ਆਉਂਦੀ ਹੈ ਸਾਡੀ ਐਡੀਟਿੰਗ ਦੀ, ਇਹ ਹੈਗਾ ਸਾਡਾ ਕੰਪਿਊਟਰ ਪੂਰਾ LG ਦਾ ਕੰਪਿਊਟਰ ਆ। ਇਹ ਤੁਸੀਂ ਦੇਖ ਸਕਦੇ ਹਾਂ ਕੀਬੋਰਡ, ਆ ਤੁਸੀਂ ਦੇਖ ਸਕਦੇ ਕੀਬੋਰਡ ਆ ਗਿਆ ਅੰਦਰ। ਆ ਸਾਡਾ ਉਹ ਹੈਗਾ ਕੀ ਕਹਿੰਦੇ ਇਹਨੂੰ, ਜਲਦੀ UPS, ਇਹਦੇ ਨਾਲ ਜਰੂਰ ਲੈਟ ਚੱਜ ਜਾਂਦੀ ਹੈ, ਫਿਰ ਪੜਾਕਾ ਮਾਰਨਾ ਪੈਂਦਾ, ਪਰ ਉਹ ਨਹੀਂ ਹੁੰਦਾ ਸਾਡੇ ਨਾਲ। ਅਤੇ ਅੱਗੇ ਜਾ ਕੇ ਦੇਖੋ ਸਾਡਾ ਆ ਗਿਆ ਮੋਨੀਟਰ, ਕਦੀ ਕਦੀ ਪਾਪਾ ਸਾਡਾ ਮੋਨੀਟਰ ਸਾਡਾ ਪਲੇਸਟੇਸ਼ਨ ਉਹਦੇ ਨਾਲ ਕਨੈਕਟ ਕਰ ਦਿੰਦੇ ਆ, ਅਤੇ ਮਤਲਬ ਬਹੁਤ ਜ਼ਿਆਦਾ ਆਉਂਦਾ। ਅਤੇ ਕਦੀ ਕਦੀ ਪਾਪਾ ਨਹੀਂ ਲੱਗ ਰਹੀ ਹੈ ਬਰਾ, ਅਤੇ ਕਦੀ ਕਦੀ ਪਾਪਾ ਪਲੇਸਟੇਸ਼ਨ ਨੂੰ TV ਨਾਲ ਕਨੈਕਟ ਕਰ ਦਿੰਦੇ ਆ, ਅਤੇ ਕਦੀ ਕਦੀ ਪਾਪਾ ਕੀਬੋਰਡ ਨੂੰ ਪਲੇਸਟੇਸ਼ਨ ਨਾਲ ਕਨੈਕਟ ਕਰ ਦਿੰਦੇ ਆ, ਜੋ ਕਿ ਸਾਨੂੰ ਖੇਡਣਾ ਨਹੀਂ। ਤੁਹਾਨੂੰ ਜਲਦੀ ਜਲਦੀ ਸਾਡੀ ਕੁਰਸੀ ਦਿਖਾ ਦਿੰਦੇ ਹਾਂ, ਕੁਰਸੀ ਬਿਲਕੁਲ ਸਿੰਪਲ ਆ, ਇਹਦੇ ਨੀਚੇ ਵੀ ਸੇਮ ਹੀ ਆ, ਤੁਸੀਂ ਬਹਿ ਸਕਦੇ ਹੋ ਆਰਾਮ ਨਾਲ। ਸਾਰੇ ਪਸੰਦ ਨਹੀਂ, ਆਸ਼ਾ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ। ਗੁੱਡ ਬਾਏ।